ਟ੍ਰੈਫਿਕ ਅਤੇ ਸੜਕ ਸੁਰੱਖਿਆ ਲਈ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ADGP ਅਮਰਦੀਪ ਸਿੰਘ ਰਾਏ ਨੇ ਐਲਾਨ ਕੀਤਾ ਕਿ ਪੰਜਾਬ ਪੁਲਿਸ ਸੜਕ ਹਾਦਸਿਆਂ ਦੇ ਮੁੱਖ ਕਾਰਨ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਰਾਸ਼ਟਰੀ ਅਤੇ ਰਾਜ ਮਾਰਗਾਂ ਉੱਤੇ ਵਿਸ਼ੇਸ਼ ਸੁਰੱਖਿਆ ਚੌਕੀਆਂ ਸਥਾਪਿਤ ਕਰੇਗੀ। ਟ੍ਰੈਫਿਕ SPs, DSPs ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ADGP ਰਾਏ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 890 ਐਲਕੋਮੀਟਰ ਆਰਡਰ ਕੀਤੇ ਹਨ ਜੋ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੰਡੇ ਜਾਣਗੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਹੈ ਅਤੇ ਪੰਜਾਬ ਪੁਲਿਸ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰੇਗੀ। ADGP ਰਾਏ ਨੇ ਇਹ ਵੀ ਖੁਲਾਸਾ ਕੀਤਾ ਕਿ DGP ਗੌਰਵ ਜਾਧਵ ਦੇ ਨਿਰਦੇਸ਼ਾਂ ਉੱਤੇ ਪੰਜਾਬ ਪੁਲਿਸ ਵੱਲੋਂ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਨਾਲ ਨਜਿੱਠਣ ਲਈ 27 ਹਾਈਟੈਕ ਇੰਟਰਸੈਪਟਰ ਵਾਹਨ ਵੀ ਖਰੀਦੇ ਜਾ ਰਹੇ ਹਨ। ਉਹਨਾਂ ਨੇ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਦੇ ਮੁੱਦੇ ਨੂੰ ਵੀ ਸੰਬੋਧਿਤ ਕਰਦਿਆਂ ਹੋਇਆਂ ਦੱਸਿਆ ਕਿ ਇਸ ਸਮੱਸਿਆ ਕਾਰਨ ਹਰ ਸਾਲ ਲਗਭਗ 350 ਮੌਤਾਂ ਹੁੰਦੀਆਂ ਹਨ। ਇਸ ਮੁੱਦੇ ਨੂੰ ਹੱਲ ਕਰਨ ਦੇ ਲਈ ਵੱਖ ਵੱਖ ਵਿਭਾਗ ਸਰਗਰਮੀ ਨਾਲ ਕੰਮ ਕਰ ਰਹੇ ਹਨ ਜਿਸ ਵਿੱਚ ਨਗਰ ਨਿਗਮ, ਪਸ਼ੂ ਪਾਲਣ ਵਿਭਾਗ ਅਤੇ ਹੋਰ ਵੀ ਵਿਭਾਗ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪ੍ਰਣਾਲੀ ਤਹਿਤ ਜ਼ਿਲ੍ਹਿਆਂ ਨੂੰ 900 ਈ-ਚਲਾਨ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਹਨਾਂ ਉਪਾਵਾਂ ਨਾਲ ਪੰਜਾਬ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਹੋਰ ਕਮੀ ਆਉਣ ਦੀ ਉਮੀਦ ਹੈ। ADGP ਰਾਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਮਾਗ ਦੀ ਉਪਜ ਸੜਕ ਸੁਰੱਖਿਆ ਫੋਰਸ SSF ਦੀ ਤੈਨਾਤੀ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਵੀ ਉਜਾਗਰ ਕੀਤਾ। ਇਸ ਦੇ ਨਤੀਜੇ ਵਜੋਂ ਸੜਕ ਹਾਦਸਿਆਂ ਦੀਆਂ ਮੌਤਾਂ ਵਿੱਚ 15-20% ਕਮੀ ਆਈ ਹੈ। ਇਸ ਮੌਕੇ ਟ੍ਰੈਫਿਕ ਅਤੇ ਸੜਕ ਸੁਰੱਖਿਆ ਦੇ ਲਈ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ADGP ਅਮਰਦੀਪ ਸਿੰਘ ਰਾਏ ਨੇ ਹੋਰ ਕੀ ਕੁਛ ਕਿਹਾ, ਤੁਸੀਂ ਵੀ ਜ਼ਰੂਰ ਸੁਣੋ। ਅੱਜ ਲੁਧਿਆਣਾ ਦੇ ਵਿੱਚ ਪੰਜਾਬ ਭਰ ਦੇ SP ਟ੍ਰੈਫਿਕ, DSP ਟ੍ਰੈਫਿਕ ਔਰ ਟ੍ਰੈਫਿਕ ਇੰਚਾਰਜ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ, ਜਿਸ ਮੀਟਿੰਗ ਦੇ ਤਹਿਤ ਪਿਛਲੇ ਕੁਛ ਸਾਲਾਂ ਦੇ ਵਿੱਚ, ਪਿਛਲੇ ਖਾਸ ਕਰਕੇ 2 ਸਾਲਾਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਪੰਜਾਬ ਦਾ ਜੋ ਇੱਕ ਨਾਂ ਦੇਸ਼ ਦੇ ਵਿੱਚ ਇੱਕ ਮੋਢੀ ਸੂਬੇ ਦੇ ਵਜੋਂ ਜਾਣਨ ਲੱਗਿਆ ਟ੍ਰੈਫਿਕ ਮੈਨੇਜਮੈਂਟ ਲਈ, ਔਰ ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਦੇ ਤਹਿਤ ਜੋ ਪੰਜਾਬ ਨੇ ਨਵੇਂ ਇਨੀਸ਼ੀਏਟਿਵ ਲਏ ਨੇ, ਖਾਸ ਕਰਕੇ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਦੇਸ਼ ਦੀ ਇੱਕ ਨਵੇਕਲੀ ਫੋਰਸ ਬਣੀ ਆ, ਉਹਦੇ ਤਹਿਤ ਅੱਜ ਡਿਸਟ੍ਰਿਕਟ ਟ੍ਰੈਫਿਕ ਇੰਚਾਰਜਿਸ ਨਾਲ ਮੀਟਿੰਗ ਕੀਤੀ ਗਈ ਕਿ ਜਿਹੜਾ ਕੰਮ ਅੱਛਾ ਹੋਇਆ ਹੈਗਾ ਪੰਜਾਬ ਦੇ ਵਿੱਚ ਟ੍ਰੈਫਿਕ ਐਕਸੀਡੈਂਟਾਂ ਦੇ ਵਿੱਚ ਜੋ ਮੌਤ ਦਰ ਹੈਗੀ ਆ ਉਹਨੂੰ ਅਸੀਂ ਇੱਕ ਮੋੜਾ ਪਾਉਣ ਦੇ ਵਿੱਚ ਕਾਮਯਾਬ ਹੋਏ ਹਾਂ, ਔਰ ਉਸ ਮੋੜੇ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਟਰੈਂਥਨ ਕਰ ਪਾਈਏ, ਉਹਦੇ ਲਈ ਜ਼ਿਲ੍ਹਿਆਂ ਦੇ SP DSPs ਨਾਲ ਮੁਲਾਕਾਤ ਕੀਤੀ ਗਈ। ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਆਪਣੀਆਂ ਪ੍ਰਿਓਰਿਟੀ ਰਹਿਣਗੀਆਂ, ਕਿਹੜੇ ਕੰਮ ਆਪਾਂ ਨੇ ਕਰਨੇ ਨੇ ਜਿਹਦੇ ਕਾਰਨ ਥੋੜ੍ਹੇ ਕੰਮ ਦੇ ਨਾਲ ਆਪਾਂ ਆਪਣੀ ਜਿਹੜੀ ਮੌਤ ਜ਼ਿਆਦਾ ਉਹਦੇ 'ਚ ਜ਼ਿਆਦਾ ਥੱਲੇ ਲੈ ਪਾਈਏ, ਵਿਚਾਰ ਕੀਤਾ ਗਿਆ। ਇਹਦੇ 'ਚ ਖਾਸ ਤੌਰ 'ਤੇ ਜਿਹੜੀ ਸਾਨੂੰ ਸਮੱਸਿਆ ਆਈ ਉਹ ਡਰੰਕਨ ਡਰਾਈਵਿੰਗ ਦੀ ਹੈਗੀ ਆ, ਜਿਹੜੀ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਹੈਗੀ ਆ। ਉਹਦੇ ਲਈ ਅਸੀਂ ਅੱਜ ਵਿਚਾਰ ਸਾਂਝੇ ਕੀਤੇ ਵੀ ਕਿਸ ਤਰ੍ਹਾਂ ਆਪਾਂ ਨਾਕਾਜ਼ ਪਲੈਨ ਕਰਨੇ ਨੇ
ਜਿਨ੍ਹਾਂ ਨੂੰ ਅਸੀਂ ਸੋਬਰਟੀ ਚੈੱਕ ਪੋਸਟ ਦਾ ਨਾਂ ਦੇ ਰਹੇ ਹਾਂ, ਜਿੱਥੇ ਕਿ ਉਹ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਵੇ, ਉਹਨਾਂ ਦੀ ਗੱਡੀ ਨੂੰ ਇੰਪਾਊਂਡ ਕੀਤਾ ਜਾਵੇ ਤਾਂ ਕਿ ਉਹ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਉਣ। ਨਹੀਂ, ਪੰਜਾਬ ਪਹਿਲੀ ਗੱਲ ਤਾਂ ਇਸ ਤਰ੍ਹਾਂ ਨਹੀਂ ਕਿ ਪੰਜਾਬ ਉਹਦੇ 'ਚ ਪਿੱਛੇ ਹੈਗਾ। ਅਸੀਂ ਇਹ ਦੇਖਣਾ ਹੁੰਦਾ ਕਿ ਪੰਜਾਬ ਦੇ ਰਿਸੋਰਸਿਸ ਉੱਥੇ ਡਿਪਲੋਏ ਕੀਤੇ ਜਾਣ ਜਿੱਥੇ ਉਹਨਾਂ ਦੀ ਮੈਕਸੀਮਮ ਜ਼ਰੂਰਤ ਹੈਗੀ ਆ। ਔਰ ਮਾਨਯੋਗ ਮੁੱਖ ਮੰਤਰੀ ਜੀ ਦੇ ਤਹਿਤ ਇੱਕ ਮੀਟਿੰਗ ਕੀਤੀ ਗਈ ਕਿ ਕਿੱਥੇ ਕਿੱਥੇ ਆਪਾਂ ਨੂੰ ਕੈਮਰਿਆਂ ਦੀ ਲੋੜ ਹੈਗੀ ਆ। ਉਹਦੇ 'ਚ ਅਸੀਂ ਤਿੰਨ ਜ਼ਿਲ੍ਹੇ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਨੇ, ਜਿੱਥੇ ਜ਼ਿਆਦਾ ਸਮੱਸਿਆ ਆਉਂਦੀ ਆ ਓਵਰ ਸਪੀਡਿੰਗ ਦੀ, ਉਹ ਫਤਿਹਗੜ੍ਹ ਸਾਹਿਬ, ਮੋਹਾਲੀ ਔਰ ਆਪਣਾ ਰੂਪਨਗਰ ਜਿਹਨੂੰ ਆਪਾਂ ਪਹਿਲਾਂ ਰੋਪੜ ਕਹਿੰਦੇ ਸੀ, ਉੱਥੇ ਅਸੀਂ ਕੈਮਰੇ ਲਾਉਣ ਦੀ ਪਲੈਨ ਤਿਆਰ ਕਰ ਲਈ ਹੈਗੀ ਆ। ਉਹਦੇ ਲਈ ਹੁਣ ਟੈਂਡਰ ਇਨਵਾਈਟ ਕੀਤੇ ਜਾਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਵੀ ਕੈਮਰੇ ਲੱਗ ਜਾਣਗੇ। ਸੁਪਰੀਮ ਕੋਰਟ ਇਲੈਕਸ਼ਨ ਸੀਗਾ ਕਾਫੀ ਸਾਲ ਪਹਿਲਾਂ ਪਿਛਲੀ ਗਵਰਨਮੈਂਟ 'ਚ, ਲੇਕਿਨ ਸੜਕ ਨਾਲੇ ਜਿਹੜੇ ਹਾਈਵੇ ਨੇ ਠੇਕੇ ਨਾਲ ਖਰਾਬ ਨੇ, ਲੇਕਿਨ ਪਿਛਲੀ ਗਵਰਨਮੈਂਟ ਨੇ ਕੁਝ ਤਬਦੀਲੀਆਂ ਕਰਕੇ ਠੇਕੇ ਖੁੱਲ੍ਹੇ ਕਰਦੇ, ਇਹ ਠੇਕੇ ਕਾਰਨ ਬੰਦ ਨੇ ਡਰਿੰਕ ਡਰਾਈਵਿੰਗ ਦੇ ਆਰਾਮ ਨਾਲ ਪੈ ਜਾਂਦੇ। ਦੇਖੋ ਉਹਦੇ ਬਾਰੇ ਆਪਾਂ ਨਾ ਗੱਲ ਕਰਕੇ, ਆਪਾਂ ਜਿਹੜੀ ਸਾਡੀ ਡਿਊਟੀ ਆ, ਸਾਡੀ ਡਿਊਟੀ ਹੈਗੀ ਆ ਕਿ ਜੇ ਸ਼ਰਾਬ ਦਾ ਸੇਵਨ ਕਰਕੇ ਕੋਈ ਵੀ ਸੜਕ 'ਤੇ ਚੜ੍ਹਦਾ ਹੈਗਾ ਉਹਨੂੰ ਚੈੱਕ ਕਰਨਾ ਹੈਗਾ। ਅਸੀਂ ਇਹ ਨਹੀਂ ਦੇਖਣਾ ਵੀ ਉਹ ਕਿੱਥੋਂ ਪੀ ਕੇ ਆਇਆ, ਉਹ ਸਾਡਾ ਉਹ ਨਹੀਂ ਹੈਗਾ। ਸਾਨੂੰ ਆ ਕਿ ਜੇ ਉਹ ਸੜਕ 'ਤੇ ਸ਼ਰਾਬ ਪੀ ਕੇ ਗੱਡੀ ਕੋਈ ਵੀ ਚਲਾ ਰਿਹਾ ਉਹਨੂੰ ਅਸੀਂ ਰੋਕਣਾ। ਬਿਲਕੁਲ ਹੋ ਰਹੀ ਆ। ਔਰ ਇੱਕ ਜਿਹੜੀ ਨਵੀਂ ਚੀਜ਼ ਪੰਜਾਬ ਦੇ ਵਿੱਚ, ਇਹ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਦੇ ਰਹੀ ਆਮ ਲੋਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਇੱਕ ਪਹਿਲਾ ਸੂਬਾ ਹੈਗਾ ਜਿਹਨੇ ਇੱਕ ਟ੍ਰੈਫਿਕ ਰੋਡ ਸੇਫਟੀ ਟ੍ਰੈਫਿਕ ਰਿਸਰਚ ਇੰਸਟੀਟਿਊਟ ਬਣਾਇਆ ਹੈਗਾ, ਜਿੱਥੇ ਕਿ ਹਰ ਇੱਕ ਡੇਟਾ ਨੂੰ ਸਾਇੰਟੀਫਿਕਲੀ ਸਟੱਡੀ ਕੀਤਾ ਜਾਂਦਾ ਔਰ ਆਈਡੈਂਟੀਫਾਈ ਕੀਤਾ ਜਾਂਦਾ ਵੀ ਕਿਹੜੇ ਸਪੋਟ 'ਤੇ ਐਕਸੀਡੈਂਟ ਹੋ ਰਹੇ ਨੇ, ਕਿਹੜੇ ਸਪੋਟ 'ਤੇ ਆਪਾਂ ਨੂੰ ਕੀ ਉੱਥੇ ਮੈਜਰ ਲੈਣਾ ਚਾਹੀਦਾ ਹੈਗਾ। ਤੁਸੀਂ ਗੱਲ ਕੀਤੀ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਦੀ ਮੈਨੇਜਮੈਂਟ ਦੀ, ਉਹਦੇ ਵਿੱਚ ਵੀ ਅੱਜ ਇੱਥੇ ਵਿਚਾਰ ਹੋਇਆ। ਸਾਡੇ ਬਹੁਤ ਹੀ ਕੁਆਲੀਫਾਈਡ ਡਾਕਟਰ ਨਵਦੀਪ ਅਸੀਜਾ ਸਾਡੇ ਡਾਇਰੈਕਟਰ ਹੈਗੇ ਨੇ ਉਸ ਇੰਸਟੀਟਿਊਟ ਦੇ, ਇਹ ਵੱਖ ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਨੇ। ਬਰਨਾਲੇ ਦਾ ਇਹ ਆਲਰੇਡੀ ਦੌਰਾ ਕਰ ਚੁੱਕੇ ਨੇ। ਉਹਨਾਂ ਜ਼ਿਲ੍ਹਿਆਂ ਦੀ ਇੱਕ ਸੈਪਰੇਟ ਟ੍ਰੈਫਿਕ ਪਲੈਨ ਪ੍ਰਪੇਅਰ ਕਰਨੀ, ਕਈ ਵਾਰੀ ਹੁੰਦਾ ਕਿ ਥੋੜ੍ਹੀ ਜਿਹੀ ਈ ਪਲੈਨਿੰਗ ਦੇ ਨਾਲ ਟ੍ਰੈਫਿਕ ਨੂੰ ਈਜ਼ ਆਊਟ ਕੀਤਾ ਜਾ ਸਕਦਾ ਵੀ ਇੱਥੋਂ ਵਨ ਵੇ ਕਰ ਦਿਉ, ਇੱਥੋਂ ਆਹ ਕਰ ਦਿਉ, ਉਹਦੇ ਨਾਲ ਟ੍ਰੈਫਿਕ ਨੂੰ ਪ੍ਰੋਪਰਲੀ ਮੈਨੇਜ ਕੀਤਾ ਜਾ ਸਕਦਾ। ਸੋ ਇਹ ਸਾਰੀ ਚੀਜ਼ ਨੂੰ ਸਟੱਡੀ ਕਰ ਰਹੇ ਹੈਗੇ ਨੇ ਡਾਕਟਰ ਨਵਦੀਪ ਅਸੀਜਾ। ਔਰ ਜ਼ਿਲ੍ਹਿਆਂ ਦੇ ਐਸ ਪੀ ਸਾਹਿਬਾਨ, ਡੀ ਐਸ ਪੀ ਸਾਹਿਬ ਨੂੰ ਮੈਂ ਅੱਜ ਇਹ ਗੱਲ ਕਹੀ ਹੈਗੀ ਆ ਕਿ ਤੁਸੀਂ ਇਹਨਾਂ ਨੂੰ ਬੁਲਾਓ ਆਪਣੇ ਜ਼ਿਲ੍ਹਿਆਂ ਦੇ ਵਿੱਚ ਔਰ ਆਪਣੀ ਸਾਰੀ ਟ੍ਰੈਫਿਕ ਨੂੰ ਸਾਇੰਟੀਫਿਕਲੀ ਇਗਜ਼ਾਮਿਨ ਕਰਾਓ। ਜਿੱਥੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀ ਆ ਉਹਨੂੰ ਵੀ ਹੱਲ ਕਰਨਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਰਵਿਸ ਦੇ ਪਾਈਏ, ਉਹਨਾਂ ਨੂੰ ਅੱਛੀ ਟ੍ਰੈਫਿਕ ਦੀ ਸਰਵਿਸ ਦੇ ਪਾਈਏ। ਦੇਖੋ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਾਂਗਾ ਔਰ ਮੈਨੂੰ ਆਮ ਲੋਕਾਂ 'ਤੇ, ਪੰਜਾਬੀਆਂ 'ਤੇ ਵਿਸ਼ਵਾਸ ਹੈਗਾ
ਕਿ ਉਹ ਰੂਲ ਨੂੰ ਫੋਲੋ ਕਰਨਗੇ ਅਤੇ ਪਰ ਜੇ ਨਹੀਂ ਰੂਲ ਫੋਲੋ ਹੋਣਗੇ ਤਾਂ ਅਸੀਂ ਉਹਦੇ ਲਈ ਚਲਾਨ ਵੀ ਕਰਾਂਗੇ ਅਤੇ ਉਹਨਾਂ ਨੂੰ ਉਹਦੇ ਲਈ ਸਫ਼ਾ ਵੀ ਕਰਨਾ ਪਏਗਾ। ਹਾਂ, ਈ ਚਲਾਨ ਬਹੁਤ ਅੱਛਾ। ਤੁਸੀਂ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਔਨਲਾਈਨ ਚਲਾਨ ਦਾ ਇੱਕ ਪ੍ਰਥਾ ਸ਼ੁਰੂ ਕੀਤੀ ਆ। ਕੋਈ 900 ਦੇ ਕਰੀਬ ਔਨਲਾਈਨ ਚਲਾਨ ਦੀਆਂ ਮਸ਼ੀਨਾਂ ਦੇ ਦਿੱਤੀਆਂ ਨੇ, ਉਹਦੇ ਤਹਿਤ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਕਿਤੇ ਕਿਤੇ, ਕਿਉਂਕਿ ਇੱਕ ਨਵੀਂ ਚੀਜ਼ ਆ, ਉਹਨੂੰ ਚਲਾਨ ਦੇ ਵਿੱਚ ਥੋੜ੍ਹੀ ਦੇਰੀ ਹੋ ਰਹੀ ਆ। ਪਰ ਸਾਡਾ ਉਪਰਾਲਾ ਹੈਗਾ ਕਿ ਜਲਦੀ ਤੋਂ ਜਲਦੀ ਜਿੰਨੇ ਵੀ ਹੋ ਸਕਣ ਆਪਣੇ ਈ ਚਲਾਨ। ਬਿਲਕੁਲ ਬਿਲਕੁਲ, ਆਵਾਰਾ ਪਸ਼ੂਆਂ ਬਾਰੇ ਮਾਣਯੋਗ CM ਸਾਹਿਬ ਨੇ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਅਲੱਗ ਅਲੱਗ ਮਹਿਕਮਿਆਂ ਨੂੰ ਬੁਲਾਇਆ ਗਿਆ, ਕਿਉਂਕਿ ਉਹਦੇ ਲੋਕਲ ਗਵਰਨਮੈਂਟ ਦਾ ਵੀ ਕੰਮ ਹੈਗਾ, ਐਨੀਮਲ ਹਸਬੈਂਡਰੀ ਵਾਲਿਆਂ ਦਾ ਵੀ ਕੰਮ ਹੈਗਾ। ਉਹਦੀ ਅਸੀਂ ਸਾਡੇ ਹੀ ਇੰਸਟੀਟਿਊਟ ਨੇ ਇੱਕ ਉਹਦੇ ਉੱਤੇ ਰਿਪੋਰਟ ਤਿਆਰ ਕੀਤੀ, ਖਾਸ ਕਰਕੇ ਆਪਣੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਹੈਗੇ ਨੇ ਇਹਦੇ 'ਚ ਆਵਾਰਾ ਪਸ਼ੂਆਂ ਦੀ ਬਹੁਤ ਪ੍ਰੋਬਲਮ ਆ। ਕੋਈ 350 ਮੌਤਾਂ ਹੁੰਦੀਆਂ ਨੇ ਆਪਣੀਆਂ ਸਾਲ ਦੇ ਵਿੱਚ ਆਵਾਰਾ ਪਸ਼ੂਆਂ ਕਰਕੇ। ਉਹ ਪਲਾਨ ਬਣਾ ਕੇ ਅਸੀਂ ਮਾਣਯੋਗ ਚੀਫ ਸੈਕਟਰੀ ਸਾਹਿਬ ਨੂੰ ਦੇ ਦਿੱਤਾ ਹੈਗਾ। ਉਹ ਅਲੱਗ ਅਲੱਗ ਮਹਿਕਮੇ ਨੇ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਪਰਾਂ ਕਿਵੇਂ ਕਰਨਾ, ਉਹਨਾਂ ਲਈ ਕੋਈ ਜਗ੍ਹਾ ਬਣਾਉਣੀ ਹੈ ਸਾਈਡ 'ਤੇ ਜਿੱਥੇ ਤਾਂ ਕਿ ਉਹ ਸੜਕ ਦੇ ਉੱਤੇ ਨਾ ਆਉਣ। ਉਹ ਸਾਰੇ ਉਹ ਅਲੱਗ ਅਲੱਗ ਮਹਿਕਮੇ ਦੀਆਂ ਡਿਊਟੀਆਂ ਲੱਗਣਗੀਆਂ। ਔਰ ਮੈਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ 'ਚ ਇਸ ਜਿਹੜੀ ਸਮੱਸਿਆ ਹੈ ਇਸਦੇ ਤੋਂ ਆਪਾਂ ਨੂੰ ਨਿਜਾਤ ਮਿਲੇ। ਦੇਖੋ, ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਡਰੰਕਨ ਡਰਾਈਵਿੰਗ ਆਪਣੀ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਆ। ਔਰ ਆਪਣੇ ਕਿਉਂਕਿ ਕੋਵਿਡ ਕਾਰਨ ਜਿਹੜੇ ਐਲਕੋਮੀਟਰ ਸੀਗੇ ਉਹ ਖਰਾਬ ਹੋ ਗਏ ਸੀਗੇ, ਕਿਉਂਕਿ ਕੋਵਿਡ ਦੇ ਤਹਿਤ ਆਪਾਂ ਨੂੰ ਐਲਕੋਮੀਟਰ ਪ੍ਰਯੋਗ ਨਾ ਕਰਨ ਦੀ ਹਦਾਇਤ ਸੀਗੀ। ਸੋ ਉਸ ਤੋਂ ਬਾਅਦ ਉਹਨਾਂ ਦੀ ਰਿਪੇਅਰ ਸ਼ੁਰੂ ਕਰ ਦਿੱਤੀ ਗਈ ਆ। ਪਲੱਸ ਕੋਈ 800 ਦੇ ਕਰੀਬ ਅਸੀਂ ਨਵੇਂ ਐਲਕੋਮੀਟਰ ਖਰੀਦ ਰਹੇ ਹਾਂ ਸਾਰੇ ਸਟੇਟ ਵਾਸਤੇ। ਆਪਾਂ ਇਹਨੂੰ ਹੁਣ ਜਦੋਂ ਦੇਖਾਂਗੇ ਕਿੱਥੇ ਪ੍ਰਯੋਗ ਜ਼ਿਆਦਾ ਦੀ ਲੋੜ ਆ ਉੱਥੇ ਮੈਕਸੀਮਮ ਦੇਵਾਂਗੇ। ਤੋ ਇਹ ਆਪਾਂ ਜਿੰਨਾ ਵੀ ਪੰਜਾਬ ਨੂੰ ਮਾਡਰਨਾਈਜੇਸ਼ਨ ਦਾ ਟ੍ਰੈਫਿਕ ਦੇ ਵਿੱਚ ਬਜਟ ਆਇਆ ਸੀ, ਸਾਰੇ ਬਜਟ ਨੂੰ ਕਨਵਰਟ ਕਰ ਦਿੱਤਾ ਗਿਆ ਐਲਕੋਮੀਟਰ। ਐਟ ਪ੍ਰੈਜੈਂਟ ਆਪਣੇ ਕੋਲ ਆਲ ਓਵਰ ਸਟੇਟ ਕੋਈ 650 ਦੇ ਕਰੀਬ ਐਲਕੋਮੀਟਰ। ਲੁਧਿਆਣਾ ਦਾ ਪਰਟੀਕੁਲਰ ਨਹੀਂ ਮੈਨੂੰ ਪਤਾ, ਪਰ ਸਾਰੀ ਸਟੇਟ 'ਚ ਸਾਡੇ ਸਪੀਡ ਇਹਦੇ ਬਾਰੇ ਵੀ ਜਿਸ ਤਰ੍ਹਾਂ ਆਪਾਂ ਕਿਹਾ ਹੈਗਾ ਡਿਸਟ੍ਰਿਕਟ ਦੀਆਂ ਔਰ ਸ਼ਹਿਰ ਦੀਆਂ ਸਪੈਸੀਫਿਕ ਪ੍ਰੋਬਲਮ ਨੇ, ਜਿਵੇਂ ਵੀ ਇਹ ਟਿੱਪਰ ਆ ਗਏ ਜਾਂ ਇੱਥੇ ਆਹ ਹੋ ਗਿਆ, ਉਹਦੀ ਇਹ ਪਲੈਨ ਸਟੱਡੀ ਕਰਕੇ ਅਤੇ ਉਹਦਾ ਉਸ ਮੌਕੇ 'ਤੇ ਉਹਨੂੰ ਨਜਿੱਠਿਆ ਜਾਏਗਾ। ਔਰ ਮੇਰੇ ਨਾਲ SP ਗੁਰਪ੍ਰੀਤ ਹੈਗੇ ਨੇ ਅਤੇ ਇਹਨਾਂ ਦੇ ਲੁਧਿਆਣੇ ਬਾਰੇ ਤਾਂ ਆਲਰੇਡੀ ਨਵਦੀਪ ਨੇ ਕਾਫੀ ਕੰਮ ਕਰ ਲਿਆ ਹੈਗਾ ਔਰ ਮੈਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਲਦੀ ਹੋ ਜਾਏਗਾ।
ਬਿਲਕੁਲ ਕੀ ਲੱਗੇਗਾ ਜੀ, ਔਰ ਮੋਹਾਲੀ ਇੱਕ ਦੂਜਾ ਆਪਣਾ ਸ਼ਹਿਰ ਹੋਏਗਾ ਜਿਹਨੂੰ ਆਪਾਂ ਐਸ ਏ ਐਸ ਨਗਰ ਕਹਿੰਦੇ ਹਾਂ, ਜਿੱਥੇ ਇਸ ਤਰ੍ਹਾਂ ਦਾ ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਲੱਗਾ। ਹਾਂਜੀ ਦੇਖੋ, ਜਿਹੜੀ ਆਪਾਂ ਨੇ ਐਸ ਐਸ ਐਫ 6 ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀ, ਉਸ ਨੇ ਆਪਣੇ ਟ੍ਰੈਫਿਕ ਦੀਆਂ ਜਿਹੜੀਆਂ ਜਾਨਾਂ ਮੈਜੋਰਿਟੀ ਜਾਂਦੀਆਂ ਸੀ ਹਾਈਵੇਜ਼ 'ਤੇ ਜਾਂਦੀਆਂ ਸੀ, ਉਹਦੇ 'ਚ ਕਰੀਬ 15-20% ਕਮੀ ਆਈ ਹੈਗੀ ਆ ਜਾਨਾਂ ਦੀ, ਜਾਨ ਦੀ ਮਤਲਬ ਕੰਪੇਅਰ ਟੂ ਪਿਛਲੇ ਸਾਲ ਅਤੇ ਇਸ ਸਾਲ 15-20% ਕਮੀ ਆਈ ਆ। ਐਗਜੈਕਟ ਫਿਗਰ ਇਸ ਕਰਕੇ ਮੁਸ਼ਕਲ ਆ ਕਹਿਣਾ, ਕਿਉਂਕਿ ਕਈ ਵਾਰੀ ਆਪਣੇ ਹਿਸਾਬ ਨਾਲ ਤਾਂ ਆਪਾਂ ਨੇ ਬੰਦੇ ਨੂੰ ਸੇਫਲੀ ਹੋਸਪਿਟਲ ਡਿਪੋਜ਼ਿਟ ਕਰਾ ਦਿੱਤਾ, ਪਰ ਉੱਥੇ 10 ਦਿਨ ਬਾਅਦ ਉਹ ਬੰਦੇ ਦੀ ਡੈਥ ਹੋ ਗਈ, ਉਹ ਆਪਾਂ ਹਜੇ ਫਿਗਰਾਂ ਕੰਪਾਈਲ ਕਰਦੇ ਹਾਂ। ਓਵਰ ਸਪੀਡਿੰਗ ਨੂੰ ਕਰਵ ਕਰਨ ਲਈ ਆਪਣੇ ਕੋਲ ਆਪਾਂ ਨੇ 27 ਇੰਟਰਸੈਪਟਰ ਗੱਡੀਆਂ ਖਰੀਦੀਆਂ ਨੇ, ਜਿਹਦੇ ਵਿੱਚ ਕਿ ਹਾਈ ਵਿਜ਼ਿਬਿਲਿਟੀ ਵਾਲੇ ਤੁਸੀਂ ਕਹਿ ਲਓ ਕੈਮਰੇ ਲੱਗੇ ਨੇ, ਜਿਹੜੇ 1 ਕਿਲੋਮੀਟਰ ਤੋਂ ਦੇਖ ਲੈਣਗੇ ਕਿ ਕਿਹੜੀ ਗੱਡੀ ਹਾਈ ਸਪੀਡ 'ਤੇ ਆ ਰਹੀ ਆ, ਔਰ ਉਹਨੂੰ 1 ਕਿਲੋਮੀਟਰ ਤੋਂ ਅੱਗੇ ਤੋਂ ਦੇਖਣ ਤੋਂ ਬਾਅਦ ਨੈਕਸਟ ਜਗ੍ਹਾ 'ਤੇ ਨਾਕਾ ਹੋਏਗਾ, ਉੱਥੇ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਚਲਾਨ। ਇਹ ਆਲਰੇਡੀ ਇਹ ਫੀਲਡ 'ਚ ਜਾ ਚੁੱਕੀਆਂ ਹੈਗੀਆਂ ਨੇ, ਇਹਨਾਂ ਦਾ ਟਾਈਮ ਟੇਬਲ ਅਸੀਂ ਬਣਾ ਰਹੇ ਹਾਂ ਫੀਲਡ ਆਪਣਾ ਜ਼ਿਲ੍ਹਿਆਂ ਦੇ ਨਾਲ ਕੋਆਰਡੀਨੇਸ਼ਨ ਕਰਕੇ, ਤਾਂ ਕਿ ਇਹਨਾਂ ਦੇ ਬੰਨਿਓਂ ਚਲਾਨਿੰਗ ਹਾਈਵੇ 'ਤੇ ਔਰ ਨੈਸ਼ਨਲ ਹਾਈਵੇ 'ਤੇ ਸ਼ੁਰੂ ਹੋ ਜਾਵੇ। ਦੇਖੋ ਇਹਦੇ ਬਾਰੇ ਮੇਰਾ ਇਹ ਕਹਿਣਾ, ਅਸੀਂ ਇਹਦੇ 'ਤੇ ਵਿਚਾਰ ਵੀ ਕੀਤਾ ਸਕੂਲਾਂ ਦੇ ਬਾਰੇ, ਅਸੀਂ ਕਿਉਂਕਿ ਸਕੂਲੀ ਬੱਚੇ ਆਪਣੇ ਆਉਣ ਵਾਲਾ ਭਵਿੱਖ ਹੈਗੇ ਨੇ, ਅਸੀਂ ਉਹਨਾਂ ਸਕੂਲਾਂ ਦੇ ਬੱਚਿਆਂ ਨੂੰ ਵੀ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਾਂ, ਔਰ ਇਹ ਸਾਡੇ ਕੰਸਰਨਡ ਐਸ ਪੀ ਅਤੇ ਡੀ ਐਸ ਪੀ ਇਹ ਸਕੂਲਾਂ ਨਾਲ ਕੋਆਰਡੀਨੇਟ ਕਰਕੇ, ਕਿਉਂਕਿ ਜੋ ਆਪਾਂ ਨੂੰ ਐਜ਼ ਬਚਪਨ 'ਚ ਸਮਝਾਇਆ ਜਾਂਦਾ ਉਹ ਸਾਰੀ ਉਮਰ ਆਪਣੇ ਨਾਲ ਕੰਟੀਨਿਊ ਕਰਦਾ। ਸੋ ਸਾਡਾ ਇਹ ਨਹੀਂ ਕਿ ਸਿਰਫ ਪੁਲਿਸ ਨੇ ਐਕਸ਼ਨ ਹੀ ਕਰੀ ਜਾਣਾ, ਪੁਲਿਸ ਨੇ ਉਹ ਕੰਮ ਕਰਨਾ ਜਿਹੜਾ ਕਿ ਆਉਣ ਵਾਲੇ ਪੰਜਾਬ ਨੂੰ ਅੱਛਾ ਪੰਜਾਬ ਬਣਾਵੇ, ਔਰ ਆਪਾਂ ਨੇ ਸਕੂਲੀ ਬੱਚਿਆਂ ਨਾਲ ਰਾਬਤਾ ਕਰਕੇ ਅਸੀਂ ਇਹ ਉਪਰਾਲਾ ਕਰਨਾ ਕਿ ਉਹ ਬੱਚੇ ਖੁਦ ਹੀ ਸਮਝਣ ਕਿ ਇਹ ਟ੍ਰੈਫਿਕ ਵਾਇਲੇਸ਼ਨ ਆ, ਔਰ ਬੱਚੇ ਹੀ ਆਪਣੇ ਮਾਂ ਪਿਓ ਨੂੰ ਦੱਸਣ, ਸਕੂਲ ਵਾਲੀਆਂ ਅਥਾਰਟੀਜ਼ ਨੂੰ ਦੱਸਣ ਵੀ ਇਹ ਟ੍ਰੈਫਿਕ ਵਾਇਲੇਸ਼ਨ। ਜੀ ਉਹ ਸਾਰੀਆਂ ਲੋਕਲ ਲੈਵਲ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਨਾ, ਉਹ ਇਹ ਆਪਣਾ ਐਸ ਪੀ ਟ੍ਰੈਫਿਕ ਜਿਹੜੇ ਆਪਣੇ ਮੈਡਮ ਗੁਰਪ੍ਰੀਤ ਪੁਰੇਵਾਲ ਇੱਥੇ ਹੈਗੇ ਨੇ, ਇਹ ਇਹ ਸਾਰੀਆਂ ਟੇਕ ਅਪ ਕਰ। ਦੇਖੋ ਜਿਹੜਾ ਈ ਰਿਕਸ਼ੇ ਵਾਲਾ ਟੋਪਿਕ ਆ ਨਾ, ਉਹ ਟਰਾਂਸਪੋਰਟ ਮਹਿਕਮੇ ਨਾਲ ਸੰਬੰਧਿਤ ਹੈਗਾ, ਸਾਡਾ ਕੰਮ ਆ ਰੈਗੂਲੇਸ਼ਨ ਕਰਨ ਦਾ, ਪਰ ਉਹਦੀ ਪੋਲਿਸੀ ਮੇਕਿੰਗ ਵਗੈਰਾ ਟਰਾਂਸਪੋਰਟ ਮਹਿਕਮੇ ਨੇ ਕਰਨੀ ਆ, ਉਹ ਅਸੀਂ
ਮੌਕੇ ਦੇ ਮੌਕੇ ਉਹਨਾਂ ਨੂੰ ਸੁਝਾਅ ਦਿੰਦੇ ਰਹਿੰਦੇ ਹਾਂ ਵੀ ਇਹਨੂੰ ਆਪਾਂ ਐਸਾ ਕਰ, ਪਰ ਉਹਦੀ ਜਿਹੜੀ ਪਾਲਿਸੀ ਪਲੈਨਿੰਗ ਆ ਉਹ ਟ੍ਰੈਫਿਕ ਦੀ ਨਹੀਂ ਹੈਗੀ, ਉਹ ਟ੍ਰਾਂਸਪੋਰਟ। ਉਹ ਤਾਂ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਜੇ ਰੂਲ ਨਹੀਂ, ਇਹਦੇ 'ਚ ਕਈ ਵਾਰੀ ਜਿਹੜੇ ਆਪਾਂ ਰੂਲ ਬਣਾਉਂਦੇ ਹਾਂ ਨਾ, ਰੂਲ ਇੰਪਲੀਮੈਂਟ ਕਰਨ ਨੂੰ ਸਮੇਂ ਲੱਗਦਾ। ਆਪਣਾ ਇਹ ਨਹੀਂ ਕਿ ਆਪਾਂ ਇਮੀਡੀਏਟਲੀ ਰੂਲ ਬਣਾ ਕੇ ਬੰਦਿਆਂ ਨੂੰ ਫੜ ਫੜ ਕੇ, ਉਹ ਵੀ ਆਪਣੇ ਬੰਦੇ ਨੇ, ਉਹਨਾਂ ਨੂੰ ਹੌਲੀ ਹੌਲੀ ਇਹ ਸਾਰੀ ਚੇਂਜ ਜਿਹੜੀ ਹੁੰਦੀ ਹੈ ਨਾ ਉਹ ਹੌਲੀ ਹੌਲੀ ਹੁੰਦੀ, ਔਰ ਆਉਣ ਵਾਲੇ ਸਮੇਂ 'ਚ ਹੋ ਜਾਏਗਾ।